ਇਸ ਦੁੱਖ ਦੀ ਘੜੀ ਦੇ ਵਿੱਚ ਸਰਕਾਰ ਵੱਲੋਂ 2 ਲੱਖ ਦੀ ਰਾਸ਼ੀ ਜਿਹੜੀ ਹੈਗੀ ਹੈ ਉਹ ਆਪਣਾ ਅਨਾਊਂਸ ਕੀਤੀ ਹੈ। ਇੱਕ 50,000 ਦਾ ਕੈਸ਼ ਸੀ ਔਰ 1,00,000 ਰੁਪਏ ਦਾ ਚੈੱਕ ਜਿਹੜਾ ਨੇ ਜੇ ਐਂਡ ਕੇ ਗੌਰਮੈਂਟ ਨੇ ਜਿਹੜੇ ਬੰਦੇ ਨਾਲ ਆਏ ਸੀ ਉਹਨਾਂ 'ਤੇ ਭੇਜਿਆ ਸੀ ਉਹ ਆਪਾਂ ਉਹਨਾਂ ਨੂੰ ਹੈਂਡਓਵਰ ਕਰਤਾ। ਜਿਹੜਾ ਦੂਜਾ ਲੜਕਾ ਸੀ ਇੱਥੋਂ ਜਿਹਦੀ ਟ੍ਰੀਟਮੈਂਟ ਚੱਲ ਰਹੀ ਸੀ ਅੱਜ ਸਵੇਰੇ ਇਨਫੋਰਮੇਸ਼ਨ ਮਿਲੀ ਉੱਥੋਂ ਦੀ ਪੁਲਿਸ ਅਥਾਰਟੀਜ਼ ਵੱਲੋਂ ਕਿ ਉਹਦੀ ਵੀ ਜਿਹੜੀ ਡੈੱਡ ਬੋਡੀ ਉਹਦੀ ਵੀ ਡੈੱਥ ਹੋ ਗਈ ਹੈ ਐਂਡ ਉਹਨਾਂ ਨੇ ਹੁਣੇ ਮੈਨੂੰ 5 ਮਿੰਟ ਪਹਿਲਾਂ ਹੀ ਕਾਲ ਆ ਗਈ ਸੀ ਕਿ ਆਪਾਂ ਉਹ ਵੀ ਐਂਬੂਲੈਂਸ 'ਚ ਪਾ ਕੇ ਸਾਰੇ ਇੰਤਜ਼ਾਮ ਕਰਕੇ ਰਵਾਨਾ ਕਰਤੀ ਹੈ। 7-8 ਘੰਟੇ 'ਚੋਂ ਵੀ ਦੇਰ ਨਾਈਟ ਜਿਹੜੀ ਆ ਉਹ ਪੁੱਜਣ ਦੀ ਉਹਦੀ ਸੰਭਾਵਨਾ ਹੈ। ਉਹਨਾਂ ਲਈ ਵੀ ਉਹਨਾਂ ਨੇ ਉਹ ਹੀ ਸਹਾਇਤਾ ਭੇਜੀ ਹੈ ਜੇ ਐਂਡ ਕੇ ਗੌਰਮੈਂਟ। ਅੱਛਾ ਸਰ, ਜਿਹੜਾ ਮਾਮਲਾ ਇੱਥੇ ਹੋਇਆ ਕੀ ਕੁਛ ਸਾਹਮਣੇ ਘਟਨਾ ਹੋਈ ਜਿਹਦੇ ਵਿੱਚ ਦੋ ਸਾਡੇ ਇਸ ਪਿੰਡ ਚਮਿਆਰੀ ਪਿੰਡ ਦੇ ਮੁੰਡੇ ਜਿਹੜੇ ਉਹ ਮਾਰੇ ਗਏ ਸੀ। ਸੋ ਉਹਨਾਂ ਨੇ ਐਂਬੂਲੈਂਸ ਇੱਕ ਡੈੱਡ ਬੋਡੀ ਜਿਹੜੀ ਰਾਤ ਹੀ ਤੋਰ ਦਿੱਤੀ ਸੀ। ਸੋ ਆਪਾਂ ਸਕੌਟ ਕਰਾ ਕੇ ਪਠਾਨਕੋਟ ਤੋਂ ਇੱਥੇ ਡੈੱਡ ਬੋਡੀ ਪਹੁੰਚਾਈ। ਉਹਨਾਂ ਨੇ ਜਿਹੜਾ ਨਾਲ ਪਰਿਵਾਰ ਦੀ ਸਹਾਇਤਾ ਲਈ ਜਾਂ ਮਾਲੀ ਸਹਾਇਤਾ ਲਈ ਕਿਉਂਕਿ ਕਿਸੇ ਦੀ ਜਾਨ ਦੀ ਕੀਮਤ ਤਾਂ ਬਹੁਤ ਜ਼ਿਆਦਾ ਹੈ, ਉਹ ਤਾਂ ਪ੍ਰੀਸ਼ੀਅਸ ਹੈ, ਨਹੀਂ ਪੂਰੀ ਕੀਤੀ ਜਾ ਸਕਦੀ। ਉਹਨਾਂ ਨੇ ਇੱਕ 50,000 ਦਾ ਕੈਸ਼ ਸੀ ਔਰ 1,00,000 ਰੁਪਏ ਦਾ ਚੈੱਕ ਜਿਹੜਾ ਨੇ ਜੇ ਐਂਡ ਕੇ ਗੌਰਮੈਂਟ ਨੇ ਜਿਹੜੇ ਬੰਦੇ ਨਾਲ ਆਏ ਸੀ ਉਹਨਾਂ 'ਤੇ ਭੇਜਿਆ ਸੀ ਉਹ ਆਪਾਂ ਉਹਨਾਂ ਨੂੰ ਹੈਂਡਓਵਰ ਕਰਤਾ। ਔਰ ਅੱਜ ਜਿਹੜਾ ਦੂਜਾ ਲੜਕਾ ਸੀ ਇੱਥੋਂ ਜਿਹਦੀ ਟ੍ਰੀਟਮੈਂਟ ਚੱਲ ਰਹੀ ਸੀ ਅੱਜ ਸਵੇਰੇ ਇਨਫੋਰਮੇਸ਼ਨ ਮਿਲੀ ਉੱਥੋਂ ਦੀ ਪੁਲਿਸ ਅਥਾਰਟੀਜ਼ ਵੱਲੋਂ ਕਿ ਉਹਦੀ ਵੀ ਜਿਹੜੀ ਡੈੱਡ ਬੋਡੀ ਉਹਦੀ ਵੀ ਡੈੱਥ ਹੋ ਗਈ ਹੈ ਐਂਡ ਉਹਨਾਂ ਨੇ ਹੁਣੇ ਮੈਨੂੰ 5 ਮਿੰਟ ਪਹਿਲਾਂ ਹੀ ਕਾਲ ਆ ਗਈ ਸੀ ਕਿ ਆਪਾਂ ਉਹ ਵੀ ਐਂਬੂਲੈਂਸ 'ਚ ਪਾ ਕੇ ਸਾਰੇ ਇੰਤਜ਼ਾਮ ਕਰਕੇ ਰਵਾਨਾ ਕਰਤੀ ਹੈ। ਔਰ ਇਸ ਵੇਲੇ 1:30 ਵਜੇ 7-8 ਘੰਟੇ 'ਚੋਂ ਵੀ ਦੇਰ ਨਾਈਟ ਜਿਹੜੀ ਆ ਉਹ ਪੁੱਜਣ ਦੀ ਉਹਦੀ ਸੰਭਾਵਨਾ ਹੈ। ਉਹਨਾਂ ਲਈ ਵੀ ਉਹਨਾਂ ਨੇ ਉਹੀ ਸਹਾਇਤਾ ਭੇਜੀ ਹੈ ਜੇ ਐਂਡ ਕੇ ਗੌਰਮੈਂਟ ਜੀ। ਅੱਛਾ, ਜਿਹੜਾ ਅੰਮ੍ਰਿਤਪਾਲ ਦਾ ਪਰਿਵਾਰ ਉਹ ਸੰਸਕਾਰ ਵਾਸਤੇ ਜਿਸ ਤਰ੍ਹਾਂ ਕਹਿ ਰਹੇ ਸੀ ਕਿ ਨਹੀਂ ਅਸੀਂ ਕਰਨਾ, ਹੁਣ ਕੀ ਕਹਿੰਦੇ ਪਏ ਨੇ? ਨਹੀਂ, ਉਹ ਕਰ ਰਹੇ ਸੰਸਕਾਰ ਜੋ ਉਹਨਾਂ ਦੇ, ਦੇਖੋ ਇੱਕ ਵਿਚਾਰਾ ਇੱਕ ਆਮ ਪਰਿਵਾਰ ਹੈ, ਉਹਨਾਂ ਦੇ ਇੱਕ ਮਨ 'ਚ ਬਹੁਤ ਸਾਰੇ ਕੁਐਸਚਨਸ ਹੁੰਦੇ ਆ। ਬਿਲਕੁਲ, ਕਿ ਉਹਨਾਂ ਦਾ ਬੇਟਾ ਬਾਹਰ ਗਿਆ, ਉੱਥੇ ਕੀ ਹੋਇਆ, ਅਤੇ ਉਹਨਾਂ ਨੂੰ ਪਤਾ ਨਹੀਂ। ਸੋ ਹਰ ਕੋਈ ਆਪਣੇ ਹਿਸਾਬ ਨਾਲ ਸੋਚਦਾ, ਕੋਈ ਹਰ ਤਰ੍ਹਾਂ ਗਾਈਡ ਕਰਦਾ। ਸੋ ਸਾਡਾ ਫਰਜ਼ ਹੈ ਉਹਨਾਂ ਦੇ ਹਰ ਕੁਐਸਚਨ ਦੀ ਕਲੀਅਰ ਕਰਨਾ। ਇੰਜਰੀ ਬਾਰੇ ਸੱਟ ਕਿੱਦਾਂ ਲੱਗੀ, ਉਹ ਫਿਰ ਮੈਂ ਪੋਸਟਮਾਰਟਮ ਰਿਪੋਰਟ ਜੋ ਇਨੀਸ਼ੀਅਲ ਇੰਜਰੀ ਰਿਪੋਰਟ ਸੀ ਉਹ ਮੰਗਾ ਕੇ ਉਹਨਾਂ ਨੂੰ ਕਲੀਅਰ ਕੀਤੀ ਹੈ ਵੀ ਇਹ ਇੰਜਰੀ ਹੈ, ਕਿੱਥੇ ਸੱਟ ਲੱਗੀ, ਕਿੱਦਾਂ ਹੋਇਆ। ਉੱਥੇ ਕੰਸਰਨਡ ਆਫਿਸਰਸ ਨਾਲ ਵੀ ਗੱਲ ਕਰਕੇ ਇੰਜਰੀ ਰਿਪੋਰਟ ਵੀ ਕਿੱਥੇ ਕਿੱਥੇ ਸੱਟ ਲੱਗੀ ਉਹ ਪਰਿਵਾਰ ਨੂੰ ਕਲੀਅਰ ਕਰਤੀ ਹੈ, ਅਤੇ ਉਹ ਸਾਡਾ ਫਰਜ਼ ਵੀ ਹੈ। ਸਰ ਹੁਣ ਪਰਿਵਾਰ ਮੰਨ ਗਿਆ ਸੰਸਕਾਰ? ਹਾਂ, ਪਰਿਵਾਰ ਮੰਨ ਗਿਆ ਔਰ ਆਪਾਂ ਇਹ ਵੀ ਵਾਅਦਾ ਕੀਤਾ ਵੀ ਸਮੇਂ ਸਿਰ ਜੋ ਉਹਨਾਂ ਨੂੰ ਲੋੜ ਹੋਏਗੀ ਡਾਕੂਮੈਂਟਰੀ, ਤਾਂ ਆਪਾਂ ਨੂੰ ਇਹਨਾਂ ਨੂੰ ਜਾਣ ਦੀ ਲੋੜ ਨਹੀਂ ਕਿਤੇ। ਆਪਾਂ ਉਹਨਾਂ ਨਾਲ ਕੋਆਰਡੀਨੇਟ ਕਰਕੇ ਉੱਥੋਂ ਦੀ ਪੁਲਿਸ ਨਾਲ ਆਪਾਂ ਮੰਗਵਾ ਕੇ ਫਾਈਲ ਤਿਆਰ ਕਰਕੇ ਇਹਨਾਂ ਨੂੰ ਪ੍ਰੋਵਾਈਡ ਕਰ ਦਾਂਗੇ ਤਾਂ ਕਿ ਇਹਨਾਂ ਦੇ ਫਿਊਚਰ ਵਿੱਚ ਕੰਮ ਆ ਸਕੇ। ਠੀਕ ਹੈ ਜੀ, ਓਕੇ, ਥੈਂਕ ਯੂ। ਅਤੇ ਸਰਕਾਰ ਵੱਲੋਂ ਡੀ ਸਾਹਿਬ ਦੀ ਰਹਿਨੁਮਾਈ ਦੇ ਵਿੱਚ SO ਸਾਹਿਬ ਦੇ ਨਾਲ ਤਾਲਮੇਲ ਕਰਕੇ ਇੱਕ ਇਸ ਦੁੱਖ ਦੀ ਘੜੀ ਦੇ ਵਿੱਚ ਸਰਕਾਰ ਵੱਲੋਂ 2 ਲੱਖ ਦੀ ਰਾਸ਼ੀ ਜਿਹੜੀ ਹੈਗੀ ਹੈ ਉਹ ਆਪਣਾ ਅਨਾਊਂਸ ਕੀਤੀ ਹੈ ਜੀ। ਸ਼ਾਮ ਤੱਕ ਚੈੱਕ ਬਣ ਕੇ ਇਹਨਾਂ ਪਰਿਵਾਰਾਂ ਨੂੰ ਦਿੱਤੇ ਜਾਣਗੇ, ਦੋਵਾਂ ਪਰਿਵਾਰਾਂ ਦੇ ਜੀ। ਬਾਕੀ ਸਾਰਾ ਕੇਸ ਜੋ ਵੀ ਹੈਗਾ ਐਪੀਸੋਡ ਹੋਇਆ, FIR ਹੋ ਗਈ, ਪੋਸਟਮਾਰਟਮ ਰਿਪੋਰਟ, ਸਾਈਡ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਡਿਟੇਲਡ ਰਿਪੋਰਟ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਆਪਣਾ ਇਸ ਪਰਿਵਾਰ ਦੀ ਮਦਦ ਵਾਸਤੇ
ਕੇਸ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਜਾਵੇਗਾ ਜਾਂ ਤਾਂ ਜੋ ਪੰਜਾਬ ਸਰਕਾਰ ਅਤੇ ਡੀਸਾ ਵੱਲੋਂ ਜਿਹੜੇ ਵੱਧ ਤੋਂ ਵੱਧ ਇਹਦੇ ਪਰਿਵਾਰ ਦੀ ਮਦਦ ਕੀਤੀ ਜਾ ਸਕੇ। ਪਰਿਵਾਰ ਵੱਲੋਂ ਨੌਕਰੀ ਦੀ ਮੰਗ ਕੀਤੀ ਜਾ ਰਹੀ, ਕੋਈ ਰਿਪੋਰਟ? ਹਾਂ, ਉਹ ਵੀ ਜੋ ਵੀ ਡਿਮਾਂਡ ਹੈਗਾ ਉਹ ਲਿਖ ਕੇ ਅਸੀਂ ਜਿਹੜਾ ਹੈਗਾ ਪਰਿਵਾਰ ਤੋਂ ਲੈ ਕੇ ਉਹ ਸਰਕਾਰ ਤੋਂ ਡਿਮਾਂਡ ਰੱਖਾਂ। ਸਰ, ਪਰਿਵਾਰ ਕਹਿ ਰਿਹਾ ਸੀ ਸੰਸਕਾਰ ਨਹੀਂ ਕਰਨਾ ਜਦ ਤੱਕ ਮੈਡੀਕਲ ਰਿਪੋਰਟ ਜਾਂ ਕੋਈ ਪੋਸਟਮਾਰਟਮ ਰਿਪੋਰਟ ਸਾਨੂੰ ਸੌਂਪੀ ਨਹੀਂ ਜਾਊਗੀ? ਉਹਦੀ ਜੀ ਆਪਣਾ ਡੀਸੀ ਸਾਹਿਬ ਦੀ ਐਸ ਪੀ ਸਾਹਿਬ ਨਾਲ ਗੱਲ ਹੋ ਗਈ ਆ, ਇਨੀਸ਼ੀਅਲ ਰਿਪੋਰਟ ਆ ਗਈ ਸੀ, ਬਾਕੀ ਜਿਹੜੀ ਡਿਟੇਲ ਰਿਪੋਰਟ ਹੈ ਪੋਸਟਮਾਰਟਮ ਰਿਪੋਰਟ ਉਹਦੀ ਹਲੇ ਆਪਣਾ ਇੰਤਜ਼ਾਰ ਕਰਿਆ ਜਾ ਰਿਹਾ ਹੈਗਾ ਅਤੇ ਸ਼ਾਇਦ ਜਦੋਂ ਵੀ ਆ ਜਾਏਗੀ ਤਾਂ ਉਹ ਸਾਰੀ ਡਿਟੇਲ ਉਹਦੇ ਵਿੱਚ ਆਏਗੀ, ਉਹ ਵੀ ਪਰਿਵਾਰ ਨਾਲ ਸਾਂਝੀ ਕੀਤੀ ਜਾਊਗੀ। ਪਰਿਵਾਰ ਸੰਸਕਾਰ ਵੀ ਮੰਨ ਗਿਆ? ਹਾਂਜੀ ਹਾਂਜੀ ਹਾਂਜੀ। ਅੱਛਾ, ਕੁੱਲ ਇਹਨਾਂ ਨੂੰ ਕਿੰਨੀ ਰਕਮ ਸਰ ਦਿੱਤੀ ਗਈ ਦੋਨਾਂ ਸਰਕਾਰਾਂ ਵੱਲੋਂ? ਆਪਣਾ ਉਹਨਾਂ ਵੱਲੋਂ 1.5 ਲੱਖ ਰੁਪਇਆ ਜੀ, J&K ਵੱਲੋਂ, ਪੰਜਾਬ ਸਰਕਾਰ ਵੱਲੋਂ 2-2 ਲੱਖ ਰੁਪਏ। ਸਰ, ਲੱਗਦਾ ਕਿ ਜੈਨੂਅਨ ਰਕਮ, ਕਿਉਂਕਿ 1.5 ਲੱਖ, 2 ਲੱਖ, 3.5 ਲੱਖ ਬੰਦੇ ਦੀ ਕੀਮਤ? ਦੇਖੋ ਜੀ, ਗੱਲ ਇਹ ਜਿਵੇਂ ਜਿਹੜਾ ਇਹ ਲੌਸ ਹੋਇਆ ਤਾਂ ਸਾਰੀ ਉਮਰ ਦਾ ਹੈਗਾ ਤਾਂ ਪਰ ਜਾ ਸਕਦਾ, ਪਰ ਪ੍ਰਸ਼ਾਸਨ ਵੱਲੋਂ ਪਰਿਵਾਰ ਦੀ ਮੈਕਸੀਮ ਮਦਦ ਕਰਨ ਵਾਸਤੇ ਕੋਸ਼ਿਸ਼ ਜਾਰੀ ਰਹੀ। ਨੌਕਰੀ ਵਾਸਤੇ ਹੀਲਾ ਕੀਤਾ ਜਾਏਗਾ ਲਗਾਤਾਰ? ਉਹ ਵੀ ਸਰਕਾਰ ਦਾ ਮਤਲਬ ਅਸੀਂ ਕੇਸ ਬਣਾ ਕੇ ਭੇਜਾਂਗੇ ਸਾਰਾ ਜੀ। ਠੀਕ, ਪੂਰੀ ਮਦਦ ਕੀਤੀ।